ਅਸਲਾਮ ਵਾਲੇਕਮ ਕੇ ਐਸ ਨਿਊਜ਼ ਤੋਂ ਰਿਜ਼ਵਾਨ ਮੁਹੰਮਦ ਵਿਰਕ। ਜਿਵੇਂ ਕਿ ਨਾਜ਼ਰੀਨ ਤੁਹਾਨੂੰ ਪਤਾ ਹੈ, ਮੁਲਕੀ ਹਾਲਾਤ ਅੱਜ ਕੱਲ੍ਹ ਬਹੁਤ ਜ਼ਿਆਦਾ ਖਰਾਬ ਚੱਲ ਰਹੇ ਨੇ। ਮੀਆਂ ਨਵਾਜ਼ ਸ਼ਰੀਫ ਸਾਹਿਬ ਪਾਕਿਸਤਾਨ ਆ ਗਏ ਨੇ ਅਤੇ ਜ਼ਰਦਾਰੀ ਸਾਹਿਬ ਜਿਹੜੇ ਕਿ ਇਹਨਾਂ ਦੇ ਪੱਕੇ ਜੋਟੀਦਾਰ ਸਨ, ਉਹਨਾਂ ਆਖਿਆ ਜੀ ਅਸੀਂ ਇਹਨਾਂ ਬਿਲਕੁਲ ਵਜ਼ੀਰ ਆਜ਼ਮ ਨਹੀਂ ਬਣਨ ਦੇਣਾ। ਯਾਨੀ ਕਿ 100/100% ਉਹਨਾਂ ਮੁਖਾਲਫਤ ਦਾ ਐਲਾਨ ਕਰ ਦਿੱਤਾ, ਜਿਹੜੀ ਕਿ ਬੜੀ ਬੁਰੀ ਖਬਰ ਹੈ। ਤਕਰੀਬਨ ਕੋਈ ਮਹੀਨਾ 2 ਮਹੀਨੇ ਪਹਿਲਾਂ ਇਹਨਾਂ ਦੀ ਬੜੀ ਸੁਲਾਹ ਸੀ, ਉਹਨਾਂ ਜਿਹਾ ਸ਼ਬਾਜ਼ ਸ਼ਰੀਫ ਨੂੰ ਵਜ਼ੀਰ ਆਜ਼ਮ ਬਣਾ ਦਿੱਤਾ ਸੀ ਅਤੇ ਹੁਣ ਇਹਨੂੰ ਵਜ਼ੀਰ ਆਜ਼ਮ ਨਹੀਂ ਬਣਨ ਦੇਣਾ। PDM ਆਪਸ 'ਚ ਬਿਖਰ ਗਈ ਹੈ ਅਤੇ ਵੇਖੋ ਹੁਣ ਕੀ ਬਣਦਾ। ਇਲੈਕਸ਼ਨ ਕਮਿਸ਼ਨ ਨੇ ਵੀ ਐਲਾਨ ਕਰ ਦਿੱਤਾ 8 ਫਰਵਰੀ ਦਾ ਇਲੈਕਸ਼ਨ ਹੋਏਗਾ, ਸਦਰ ਸਾਹਿਬ ਨੇ ਵੀ ਇਹਦੀ ਮਨਜ਼ੂਰੀ ਦੇ ਦਿੱਤੀ ਹੈ। ਅੱਜ ਦੀ ਨਿਊਜ਼ ਅਪਡੇਟ ਹੈ ਅਤੇ ਗਵਾਦਰ ਫੋਰਸਿਸ 'ਤੇ ਹਮਲਾ ਹੋਇਆ ਜਿਹਦੇ 'ਚ ਸਾਡੇ ਤਕਰੀਬਨ 14 ਜਵਾਨ ਸ਼ਹੀਦ ਹੋਏ ਨੇ ਅਤੇ ਇਹਨਾਂ ਲੀਲਾ ਹੈ ਇਹਨਾਂ ਲਹਿਰ ਅੱਜ ਬੜਾ ਨਾ ਖੁਸ਼ਗਵਾਰ ਵਾਕਿਆ ਹੋਇਆ। ਅਤੇ ਇੱਕ ਹੋਰ ਜਿਹੜੀ ਜ਼ਿਆਦਤੀ ਗਜ਼ਾ ਦੇ ਵਿੱਚ ਹੋਣ ਡਈ, ਉੱਥੇ ਇੱਕ ਸ਼ਫਾ ਹਸਪਤਾਲ ਸੀ, ਉਹਦੇ ਉੱਤੇ ਉਹਨਾਂ ਹਮਲਾ ਕੀਤਾ ਇਸਰਾਈਲੀਆ, ਜਿਹਦੇ ਵਿੱਚ 15 ਬੰਦੇ ਸ਼ਹੀਦ ਹੋਏ ਨੇ, ਬੱਚੇ ਵੱਡੇ ਬੱਚੇ ਛੋਟੇ। ਅਤੇ ਅਮਰੀਕਾ ਨੇ ਉਹਨਾਂ ਦੀ ਇਸਰਾਈਲ ਦੀ ਫੋਰਸ ਨੂੰ $14 ਅਰਬ ਇਮਦਾਦ ਦਾ ਐਲਾਨ ਕੀਤਾ ਅਤੇ ਦਿੱਤੀ ਹੈ ਇਸਰਾਈਲ ਨੂੰ, ਤਾਂ ਤੁਸੀਂ ਅੰਦਾਜ਼ਾ ਲਾਓ ਕਿ ਕੀ ਸੂਰਤ ਹਾਲ ਹੈ। ਅਤੇ ਨਿਊਜ਼ ਹੋਰ ਅਪਡੇਟ ਜੀ, ਅਰਸ਼ਦ ਕੈਸਰ ਸਾਬਕਾ ਅਸੈਂਬਲੀ ਕੌਮੀ ਅਸੈਂਬਲੀ ਦੇ ਸਪੀਕਰ ਸਾਹਿਬ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਅਤੇ ਸਮੋਗ ਦੀ ਇਜ਼ਾਫੇ ਦੀ ਵਜ੍ਹਾ ਉਹਨਾਂ ਆਖਿਆ ਜੀ ਫਸਲਾਂ ਦਾ ਬਾਕੀਆਰ ਨੂੰ ਜਿਹੜੇ ਜਲਾਉਂਦੇ ਨੇ ਕਿਸਾਨ, ਉਹਦੀ ਵਜ੍ਹਾ ਤੋਂ ਸਮੋਗ। ਅਤੇ ਜਿਹੜੇ ਕਿਸਾਨਾਂ ਨਾਲ ਜ਼ੁਲਮ ਕਰਦੇ ਨੇ, ਗੌਰਮੈਂਟ ਖਾਦ ਮਹਿੰਗੀ ਕਰਦੇ ਨੇ, ਤੇਲ ਮਹਿੰਗਾ ਕਰਦੇ ਨੇ, ਉਹਦੇ ਬਾਰੇ ਕੋਈ ਨਹੀਂ ਖਿਆਲ ਕਰਦਾ, ਇਹ ਬਾਕੀਆ ਦੇ ਮਗਰ ਚੜ ਗਏ ਨੇ। ਦੂਜਾ ਜੀ, ਇੱਕ ਨਵੀਂ ਪਾਰਟੀ ਆਈ ਹੈ ਇਸਤਕਾਮੇ ਪਾਕਿਸਤਾਨ, ਉਹਨਾਂ ਪਿੱਛੇ ਜੇ ਐਲਾਨ ਕੀਤਾ ਜੀ ਇਹ ਮਜ਼ਦੂਰ ਦੀ ਉਜਰਤ 50,000 ਕਰਾਂਗੇ ਅਤੇ 300 ਯੂਨਿਟ ਤੱਕ ਫਰੀ ਕਰਾਂਗੇ। ਅਤੇ ਪਹਿਲੇ ਨੰਬਰ 'ਤੇ ਵੀ ਇੱਕ ਜਿਹੜੇ ਉਹਨਾਂ ਦੀ ਕੰਪਨੀਆਂ 'ਚ ਮਜ਼ਦੂਰ ਨੇ, ਫਿਲਹਾਲ ਆਵਾਮ ਇਹ ਕਹਿ ਰਹੀ ਹੈ ਕਿ ਪਹਿਲਾਂ ਉਹਨਾਂ ਦੀ ਮਜ਼ਦੂਰੀ ਕਰਨ ਨਾਲ 50,000 ਅਤੇ ਜਿਹੜੀ ਚੀਨੀ ਨਾਲ ਇਕੱਠੀ ਕੀਤੀ ਹੈ ਉਹ ਦੇਣ ਸਸਤੀ, ਇਹਦਾ ਪਤਾ ਲੱਗੇ ਕਿ ਆਵਾਮ ਨੂੰ ਇਹਨਾਂ ਸਹੂਲਤ ਦਿੱਤੀ ਹੈ। ਇਸੇ ਤਰ੍ਹਾਂ ਹੀ ਸਿਆਸੀ ਲੋਕ ਆਵਾਮ ਨੂੰ ਬੇਵਕੂਫ ਬਣਾਉਂਦੇ ਨੇ ਅਤੇ ਆਪਣਾ ਇਲੈਕਸ਼ਨ ਜਿੱਤ ਕੇ ਬਾਅਦ 'ਚੋਂ ਕੋਈ ਗੱਲਬਾਤ ਨਹੀਂ। ਠੀਕ ਹੈ ਜੀ, ਇਹ ਅੱਜ ਦੀ ਨਿਊਜ਼ ਅਪਡੇਟ ਹੈ ਕਿ ਐਸ ਨਿਊਜ਼ ਤੋਂ ਰਿਜ਼ਵਾਨ ਮੁਹੰਮਦ ਵਿਰਕ। ਅਤੇ ਮੀਆਂ ਨਵਾਜ਼ ਸ਼ਰੀਫ ਸਾਹਿਬ ਪਾਕਿਸਤਾਨ ਪਹੁੰਚ ਚੁੱਕੇ ਨੇ, ਜਿਵੇਂ ਕਿ ਤੁਹਾਨੂੰ ਪਤਾ ਹੈ, ਉਮੀਦ ਕੀਤੀ ਹਰ ਬੰਦਾ ਉਮੀਦਾਂ ਲਾਈਆਂ ਨੇ ਅਤੇ ਵਜ਼ੀਰ ਆਜ਼ਮ ਬਣਨ ਤਾਂ ਕਿ ਮੁਲਕ ਦਾ ਖੁਸ਼ਹਾਲੀ ਆਏ, ਕਿਉਂਕਿ ਤਜਰਬਾਕਾਰ ਵੀ ਨੇ ਕਾਫੀ। ਅਤੇ ਇਮਰਾਨ ਖਾਨ ਦੇ ਸਪੋਰਟਰ ਜਿਹੜੇ ਨੇ ਉਹ ਬਹੁਤ ਜ਼ਿਆਦਾ ਬੇਚੈਨ ਨੇ ਕਿ ਇਮਰਾਨ ਖਾਨ ਜਲਦ ਤੋਂ ਜਲਦ ਰਿਹਾਈ ਹੋਏ, ਵੇਖੋ ਕੀ ਬਣਦਾ ਜੇ। ਅਤੇ ਮੁਕਾਬਲੇ ਦਾ ਤਾਂ ਹੀ ਪਤਾ ਲੱਗਣਾ ਹੈ ਅਗਰ ਦੋਵੇਂ ਫਰੀਕ ਤਿੰਨੇ ਚਾਰੇ ਜਿੰਨੇ ਵੀ ਹੈ ਨੇ ਸਾਰੇ ਇਲੈਕਸ਼ਨ 'ਚ ਹਿੱਸਾ ਲੈਣ, PTI ਵੀ ਹਿੱਸਾ ਲਵੇ। PTI ਤਾਂ ਹਿੱਸਾ ਲੈਂਦੀ ਹੈ ਅਗਰ ਇਮਰਾਨ ਖਾਨ ਬਾਹਰ ਆਉਂਦਾ, ਤਾਂ ਇਮਰਾਨ ਖਾਨ ਬਾਹਰ ਨਹੀਂ ਆਉਂਦਾ ਤਾਂ ਫਿਰ ਤਾਂ ਕੋਈ ਨਹੀਂ ਹੈ ਮੁਕਾਬਲਾ। ਠੀਕ ਹੈ ਜੀ, KS ਨਿਊਜ਼ ਤੋਂ ਰਿਜ਼ਵਾਨ ਮੁਹੰਮਦ ਵਿਰਕ, ਗੁਜਰਾਂਵਾਲਾ ਪਾਕਿਸਤਾਨ। ਵਧੀਆ ਅੱਜ ਦੀ ਨਿਊਜ਼ ਅਪਡੇਟ 'ਚ, ਅੱਲਾ ਖੈਰ ਕਰੇ। ਸ਼ੁਕਰੀਆ, ਜਜ਼ਾਕਲ੍ਹਾ।